हाय एवरीवन, वेरी वॉम वेलकम टू ऑल ऑफ यू। बहुत बच्चों नू ना ये दिक्कत होंदी है कि जिहड़ी करंट अफेयर्स है उन्हां नू किस तरीके दे नाल कवर करना है, किदां नोट्स बनाने ने, ठीक है, किवें आपां करंट अफेयर्स नू रिटेन कर सकते हैं, याद कर सकते हैं, किवें एग्जाम्स दे विच जिहड़े आए हुए करंट अफेयर्स दे क्वेश्चनस है 100% एक्यूरेसी दे नाल उसनूं सही कर सकते। करंट अफेयर्स पार्ट है, सब तो अलग पार्ट आ जाता है जिदे लिए रेगुलर स्टडी करना बहुत इंपॉर्टेंट है, और कैंडिडेट्स दे लिए जो पंजाब गवर्नमेंट एग्जाम्स की तैयारी कर रहे हैं या सेंट्रल लेवल एग्जाम्स की तैयारी कर रहे हैं, उन्हें सारे लिए सब तो वड्डी दिक्कत है कि यार इसनूं कवर किद्दां करिए, इसदे नोट्स किद्दां प्रिपेयर करिए। बहुत टाइम कंजम्पशन वाला ये सब्जेक्ट हुंदा है। अज दे विच ए इस वीडियो दे विच आपां ए सारी गल्लां करांगे, डिस्कशन सब कुछ डिस्कस करांगे कि किस तरीके दे नाल तुसीं इहनां एग्जाम्स दे लई प्रिपेयर कर सकदे हो, और की चीज़ां आपां इहनां दे लई कर सकदे हां ताकि जिहड़े करंट अफेयर्स है आने वाले एग्जाम्स दे विच आपां एक्यूरेसी दे नाल उहनां नूं ਉਹਨਾਂ ਦੇ ਜਿਹੜੇ ਕੁਐਸਚਨਸ ਹੁੰਦੇ ਨੇ ਉਹਨਾਂ ਨੂੰ ਸਹੀ ਕਰ ਸਕੇ। ਰਾਈਟ, ਇਸ ਵੀਡੀਓ ਨੂੰ ਬਹੁਤ ਧਿਆਨ ਦੇ ਨਾਲ ਦੇਖਣਾ ਹੈ, ਔਰ ਜਿਹੜੀ ਵੀਡੀਓ ਹੈ ਫੁੱਲ ਫਲੈਜ ਦੇਖੋ। ਜਿਹੜੇ ਸਟੈਪਸ ਮੈਂ ਤੁਹਾਨੂੰ ਦੱਸਾਂਗੀ ਉਹਨਾਂ ਨੂੰ ਧਿਆਨ ਰੱਖਣਾ ਅਗਰ ਤੁਸੀਂ ਕਰੰਟ ਅਫੇਅਰਸ ਨੂੰ ਮਾਸਟਰ ਕਰਨਾ ਚਾਹੁੰਦੇ। ਰਾਈਟ, ਤਾਂ ਸਭ ਤੋਂ ਪਹਿਲਾਂ ਜਦੋਂ ਵੀ ਆਪਾਂ ਕਰੰਟ ਅਫੇਅਰਸ ਦੀ ਗੱਲ ਕਰ ਰਹੇ ਹਾਂ, ਕਰੰਟ ਅਫੇਅਰਸ ਸਭ ਤੋਂ ਪਹਿਲਾਂ ਸਮਝਦੇ ਹਾਂ ਕਿ ਬਈ ਕਿਸ ਤੋਂ ਕਿਸ ਟਾਈਪ ਦੇ ਕੁਐਸਚਨਸ ਜਿਹੜੇ ਹੈ ਐਗਜ਼ਾਮੀਨਰ ਬਣਾਉਂਦਾ ਹੈ। ਇਹਨਾਂ ਨੂੰ ਮੈਂ ਕੈਟਾਗਰੀ ਡਿਵਾਈਡ ਕੀਤੀ ਹੈ, ਕਹਿ ਲਓ 3 ਟਾਈਪਸ ਦੀ ਕੈਟਾਗਰੀ ਦੇ ਵਿੱਚ। ਇੱਕ ਟਾਈਪ ਦਾ ਕੁਐਸਚਨ ਜੋ ਕਿ ਬਹੁਤ ਹੀ ਫੈਕਟਸ ਦੇ ਉੱਪਰ ਬੇਸਡ ਹੁੰਦਾ ਹੈ, ਐਗਜ਼ਾਮਪਲ ਦੇ ਤੌਰ 'ਤੇ ਕੋਈ ਗਵਰਨਮੈਂਟ ਸਕੀਮ ਨਿਕਲੀ ਹੈ ਔਰ ਉਸ ਸਕੀਮ 'ਤੇ ਐਗਜ਼ਾਮੀਨਰ ਨੇ ਕੁਐਸਚਨ ਪੁੱਛਿਆ ਕਿ ਕਿੰਨੇ ਪੈਸੇ ਜਿਹੜੇ ਹੈ ਉਸ ਸਕੀਮ ਦੇ ਵਿੱਚ ਗਵਰਨਮੈਂਟ ਦੇ ਦੁਆਰਾ ਲਗਾਏ ਗਏ ਹੈ, ਜਾਂ ਕੋਈ ਗਵਰਨਮੈਂਟ ਸਕੀਮ ਨਿਕਲੀ ਹੈ, ਕਿਸ ਸਟੇਟ ਨੇ ਉਸ ਗਵਰਨਮੈਂਟ ਸਕੀਮ ਨੂੰ ਕੱਢਿਆ ਹੈ, ਇਹ ਫੈਕਚੁਅਲ। ਇਸੀ ਤਰੀਕੇ ਦੇ ਨਾਲ ਕੋਈ ਸੈਟੇਲਾਈਟ ਲਾਂਚ ਹੋਈ ਹੈ ਤਾਂ ਕਿਸ ਦੇ ਦੁਆਰਾ ਕੀਤੀ ਗਈ ਹੈ, ਇਹ ਫੈਕਚੁਅਲ ਬੇਸਡ ਕੁਐਸਚਨਸ ਹੋ ਜਾਂਦੇ, ਜਾਂ ਕੋਈ ਅਵਾਰਡ ਮਿਲਿਆ ਹੈ ਤਾਂ ਕਿਸ ਨੂੰ ਮਿਲਿਆ ਹੈ ਔਰ ਕਿਸ ਚੀਜ਼ ਵਾਸਤੇ ਮਿਲਿਆ, ਠੀਕ ਹੈ। ਸਿੰਪਲ ਫੈਕਟਸ ਹੈ, ਸਾਨੂੰ ਯਾਦ ਕਰਨੇ ਪੈਂਦੇ ਜੋ ਸਾਨੂੰ ਯਾਦ ਰੱਖਣੇ ਹੋਣ। ਇੰਪੋਰਟੈਂਟ ਡੇਜ਼ ਹੈ, ਉਹਨਾਂ ਦੇ ਥੀਮਸ, ਇੰਪੋਰਟੈਂਟ ਡੇਜ਼ ਕਦੋਂ ਹੁੰਦੇ, ਏਜਿਸ ਆ। ਦੂਜੇ ਟਾਈਪ ਦੇ ਕੁਐਸਚਨ ਉਹ ਕੀ ਕੋਨਸੈਪਟਸ ਦੇ ਬੇਸ ਦੇ ਉੱਤੇ ਵੀ ਸੋਲਵ ਹੁੰਦੇ ਨੇ, ਜਿਵੇਂ ਫੋਰ ਐਗਜ਼ਾਮਪਲ ਕੋਈ ਔਰਗਨਾਈਜੇਸ਼ਨ ਕਾਫੀ ਜ਼ਿਆਦਾ ਨਿਊਜ਼ ਦੇ ਵਿੱਚ ਰਹੀ ਔਰ ਉਸਦੇ ਰਿਲੇਟਿਡ ਉਹਦਾ ਹੈੱਡਕੁਆਟਰਸ, ਠੀਕ ਹੈ, ਜਾਂ ਉਹਦੀ ਕੋਈ ਡਿਟੇਲਸ ਜਿਹੜੀਆਂ ਨੇ ਪੁੱਛ ਲੀਆਂ, ਠੀਕ ਹੈ, ਜਾਂ ਕਹਿ ਲਓ ਕੋਈ ਜਗ੍ਹਾ ਨਿਊਜ਼ ਦੇ ਵਿੱਚ ਰਹੀ, ਪਲੇਸ 'ਤੇ ਪਲੇਸ ਜਿਹੜੀ ਹੈ ਨਿਊਜ਼ ਦੇ ਵਿੱਚ ਰਹੀ, PM ਮੋਦੀ ਦੀ ਵਿਜ਼ਿਟ ਸੀਗੀਆਂ, ਠੀਕ ਹੈ, ਉਹਨਾਂ ਦੇ ਬਾਰੇ ਜਿਹੜਾ ਹੈ ਕੁਐਸਚਨ ਆਸਕ ਹੋ ਗਿਆ, ਉੱਥੇ ਕੀ ਚੀਜ਼ਾਂ ਹੋਈਆਂ ਸੀ, ਇੱਦਾਂ ਦੀ ਕੋਨਸੈਪਚੁਅਲ ਬੇਸਡ ਜੋ ਯਾਦ ਰਹਿੰਦੇ ਹੈ ਜਦੋਂ ਆਪਾਂ ਅੱਛੇ ਤਰੀਕੇ ਨਾਲ ਡੇਲੀ ਬੇਸਿਸ ਦੇ ਨਾਲ ਕਰੰਟ ਅਫੇਅਰਸ ਜਿਹੜੇ ਹੈ ਪੜ੍ਹਦੇ ਹਾਂ, ਠੀਕ ਹੈ। ਇਹ 2 ਟਾਈਪ ਦੇ ਮੇਜਰ ਕੈਟੇਗਰੀ ਦੇ ਕੁਐਸਚਨ ਹੁੰਦੇ ਨੇ। 3rd ਟਾਈਪ ਦਾ ਕੁਐਸਚਨ ਹੁੰਦਾ ਹੈ, ਦੈਟ ਇਜ਼ ਸਟੈਟਿਕ GK ਬੇਸਡ, ਜਿਹਦੇ ਵਿੱਚ ਸਪੋਜ਼ ਅਗਰ ਕੋਈ ਅਵਾਰਡਸ ਬਹੁਤ ਨਿਊਜ਼ ਦੇ ਵਿੱਚ ਹੈ ਤਾਂ ਉਹਦੀ ਫਸਟ ਰਿਸਿਪਟੈਂਟ ਪੁੱਛ ਲਿੱਤਾ ਜਾਏਗਾ, ਜਿਵੇਂ ਨੋਬਲ ਪ੍ਰਾਈਜ਼ ਜਿਹੜਾ ਹੈ ਅਗਰ ਨਿਊਜ਼ ਦੇ ਵਿੱਚ ਰਹੇ ਉਹਦੇ ਪਹਿਲੇ ਰਿਸਿਪਟੈਂਟ ਕੌਣ ਸੀਗੇ, ਜਾਂ ਕੋਈ ਖਿਲਾੜੀ ਹੈ ਜੋ ਖੇਲ ਰਿਹਾ ਹੈ ਉਹਦਾ ਸਟੇਟ ਪੁੱਛ ਲਿੱਤਾ ਜਾਂਦਾ ਹੈ, ਹੈ ਨਾ। ਇਹਨਾਂ ਟਾਈਪਸ 3 ਟਾਈਪਸ ਮੇਨਲੀ ਹੁੰਦੇ ਹੈ ਜਿਹੜੇ ਕਰੰਟ ਅਫੇਅਰਸ ਕੁਐਸਚਨਸ ਜਿਹੜੇ ਹੈ ਪੁੱਛੇ ਜਾਂਦੇ ਹੈ। ਅਗਰ ਆਪਾਂ ਇਸ ਕਰੰਟ ਅਫੇਅਰਸ ਦੀ ਗੱਲ ਕਰੀਏ ਇਹ ਟਾਈਪਸ ਦੀ, ਤਾਂ ਸਾਨੂੰ ਇਹ ਦੇਖਣ ਨੂੰ ਮਿਲਦਾ ਹੈ ਕਿ ਜਿਹੜੇ ਕਰੰਟ ਅਫੇਅਰਸ ਦੇ ਜਿਹੜੇ ਚੈਪਟਰਸ ਹੁੰਦੇ ਨੇ ਉਹਨਾਂ ਨੂੰ ਆਪਾਂ ਡਿਵਾਈਡ ਕਰ ਸਕਦੇ ਹਾਂ
ਜਿਵੇਂ ਕਿ ਇੱਕ ਹੁੰਦੇ ਨੈਸ਼ਨਲ ਅਫੇਅਰਸ। ਨੈਸ਼ਨਲ ਅਫੇਅਰਸ ਦਾ ਮਤਲਬ ਕੀ ਹੁੰਦਾ ਹੈ ਕਿ ਸਪੋਜ਼ ਕਰੋ ਸਟੇਟ ਦੇ ਜਿੰਨੇ ਵੀ ਕਰੰਟ ਅਫੇਅਰਸ ਹੁੰਦੇ, ਜਿਵੇਂ ਅਸਮ ਨੇ ਕੋਈ ਸਕੀਮ ਲਾਂਚ ਕੀਤੀ ਹੈ, ਹੈ ਨਾ, ਉੜੀਸਾ ਨੇ ਕੋਈ ਸਕੀਮ ਲਾਂਚ ਕੀਤੀ ਹੈ, ਉੜੀਸਾ ਦੇ ਵਿੱਚ ਕੁਛ ਹੋਇਆ ਹੈ, ਪੰਜਾਬ ਦੇ ਵਿੱਚ ਕੁਛ ਹੋਇਆ ਹੈ, ਇਹ ਨੈਸ਼ਨਲ ਅਫੇਅਰਸ ਹੋ ਗਏ, ਜਿਹਦੇ ਵਿੱਚ ਆਪਾਂ ਸਿਰਫ ਇੰਡੀਅਨ ਜਿਹੜੇ ਸਟੇਟ ਹੁੰਦੇ ਨੇ ਉਹਦੇ ਕਰੰਟ ਅਫੇਅਰਸ ਜਿਹੜੇ ਹੈ ਪੜ੍ਹਦੇ ਹਾਂ। ਠੀਕ ਹੈ, ਉਸ ਤੋਂ ਬਾਅਦ ਆਪਣੀ ਦੂਜੀ ਕੈਟੇਗਰੀ ਆਉਂਦੀ ਹੈ, ਦੈਟ ਇਜ਼ ਨੋਨ ਐਜ ਅ, ਜਿਸ ਨੂੰ ਆਪਾਂ ਕਹਿੰਦੇ ਹਾਂ ਇੰਟਰਨੈਸ਼ਨਲ ਅਫੇਅਰਸ। ਜਿਹੜੇ ਇੰਟਰਨੈਸ਼ਨਲ ਅਫੇਅਰਸ ਹੁੰਦੇ ਹੈ ਉਹਦੇ ਵਿੱਚ ਤੁਹਾਡੇ ਤੋਂ ਕੁਸ਼ਚਨਸ ਪੁੱਛੇ ਜਾਂਦੇ ਹੈ ਵਰਲਡ ਦੇ ਰਿਲੇਟਡ, ਕਿ ਕੋਈ ਮਿਲਟਰੀ ਐਕਸਰਸਾਈਜ਼ ਕਿਸੇ ਕੰਟਰੀ ਦੇ ਨਾਲ ਕੀਤੀ ਗਈ ਹੈ, ਕੋਈ ਵਿਜ਼ਿਟ ਹੋਇਆ ਹੈ, ਜਾਂ ਕੋਈ ਆਪਾਂ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਯਾਨੀ ਕਿ MOU ਸਾਈਨ ਕੀਤਾ ਹੈ ਇਸ ਦੇ ਰਿਲੇਟਡ। ਜਿਵੇਂ ਹਾਲ ਹੀ ਦੇ ਵਿੱਚ ਇੱਦਾਂ ਦੇ ਬਹੁਤ ਸਾਰੇ MOU ਆਪਾਂ ਟ੍ਰੇਡ ਦੇ ਰਿਲੇਟਡ ਕੀਤੇ ਹੈ। ਠੀਕ ਹੈ, ਤਾਂ ਉੱਦਾਂ ਦੇ ਕੁਛ। ਤਾਂ ਸਭ ਤੋਂ ਪਹਿਲੀ ਕੈਟਾਗਰੀ ਤੁਸੀਂ ਨੋਟਸ ਦੇ ਵਿੱਚ ਆਪਣੇ ਇੰਕਲੂਡ ਕਰਨੀ ਹੈ। ਸਪੋਜ਼ ਇੱਕ ਕਾਪੀ ਹੈ, ਠੀਕ ਹੈ, ਅਗਰ ਤੁਸੀਂ ਕਾਪੀ ਲਗਾਉਂਦੇ ਹੋ ਕਰੰਟ ਅਫੇਅਰਸ ਦੀ, ਤਾਂ ਉਸ ਕਾਪੀ ਦੇ ਵਿੱਚ ਉਸ ਕਾਪੀ ਨੂੰ ਤੁਸੀਂ ਚੈਪਟਰਸ ਦੇ ਵਿੱਚ ਡਿਵਾਈਡ ਕਰਨਾ ਹੈ, ਸੋ ਦੈਟ ਜਦੋਂ ਪੇਪਰ ਆਵੇ ਤੁਸੀਂ ਹਰ ਤਰੀਕੇ ਦੇ ਕਰੰਟ ਅਫੇਅਰਸ ਜਿਹੜੇ ਹੈ ਰਿਵਾਈਜ਼ ਕਰ ਸਕੋ। ਤੁਹਾਨੂੰ ਹਰ ਇੱਕ ਚੀਜ਼ ਯਾਦ ਨਹੀਂ ਰਹੇਗੀ, ਤੁਹਾਨੂੰ ਇਹਨੂੰ ਡਿਵਾਈਡ ਕਰਨਾ ਪਏਗਾ। ਜਿਵੇਂ ਇਸਦੀ ਆਪਾਂ ਇਗਜ਼ਾਮਪਲ ਸਮਝਦੇ ਹਾਂ, ਸਪੋਜ਼ ਮੈਂ ਤੁਹਾਨੂੰ ਕਿਹਾ ਕਿ ਬਈ ਇਹ ਡਰੋਅਰ ਹੈ, ਇਸ ਡਰੋਅਰ ਦੇ ਵਿੱਚ ਮੇਰੀ ਇੱਕ ਛੋਟੀ ਜਿਹੀ ਪਿੰਨ ਰੱਖੀ ਹੋਈ ਹੈ ਔਰ ਇਸ ਡਰੋਅਰ ਦੇ ਵਿੱਚ ਬਹੁਤ ਸਾਰੀ ਚੀਜ਼ਾਂ ਭਰੀਆਂ ਪਈਆਂ। ਉਸ ਪਿੰਨ ਨੂੰ ਲੱਭੋਗੇ ਤਾਂ ਤੁਹਾਨੂੰ ਬਹੁਤ ਟਾਈਮ ਲੱਗੇਗਾ, ਬਟ ਅਗਰ ਉਸੀ ਡਰੋਅਰ ਨੂੰ ਮੈਂ ਔਰਗਨਾਈਜ਼ਡ ਕਰ ਦੇਵਾਂ, ਛੋਟੇ ਛੋਟੇ ਹਰ ਇੱਕ ਚੀਜ਼ਾਂ ਆਪਣੀ ਪਲੇਸ ਰੱਖ ਦੇਵਾਂ, ਤੁਹਾਨੂੰ ਪਿੰਨ ਫਾਇੰਡ ਕਰਨਾ ਈਜ਼ੀ ਹੋ ਜਾਏ। ਇਸੇ ਤਰੀਕੇ ਨਾਲ ਜਦੋਂ ਇਗਜ਼ਾਮਸ ਆਉਂਦੇ ਹੈ ਤਾਂ ਇੱਕ ਸਾਲ ਦੇ ਕਰੰਟ ਅਫੇਅਰਸ ਤਿਆਰ ਹੋਣੇ ਚਾਹੀਦੇ ਹੈ। ਤਾਂ ਇੱਕ ਸਾਲ ਦੇ ਕਰੰਟ ਅਫੇਅਰਸ ਨੂੰ ਯਾਦ ਰੱਖਣਾ, ਉਹਨਾਂ ਨੂੰ ਰਿਵਾਈਜ਼ ਕਰਨਾ, ਇਹ ਬਹੁਤ ਵੱਡਾ ਟਾਸਕ ਹੋ ਜਾਂਦਾ ਹੈ। ਔਰ ਅੱਜ ਦੇ ਜਿਹੜੇ ਜਵਾਕ ਹੈ ਜਾਂ ਜਿਹੜੇ ਸਟੂਡੈਂਟਸ ਹੈ ਉਹ ਕੀ ਕਰਦੇ ਨੇ, ਉਹਨਾਂ ਨੇ ਈਜ਼ੀ ਰਸਤਾ ਲੱਭ ਲਿਆ ਹੈ ਔਰ ਬਾਕੀਆਂ ਨੇ ਵੀ ਪਾਗਲ ਬਣਾਉਣ ਦਾ ਈਜ਼ੀ ਰਸਤਾ ਲੱਭ ਲਿਆ ਹੈ। ਜਿਵੇਂ ਫੋਰ ਇਗਜ਼ਾਮਪਲ ਬਹੁਤ ਸਾਰੇ ਟੀਚਰਸ, ਮੈਂ ਇੱਦਾਂ ਨਹੀਂ ਕਹੂੰਗੀ ਕਿ ਯਾਰ ਸਾਰੇ ਟੀਚਰਸ ਗਲਤ ਹੁੰਦੇ, ਵਾਕਈ ਰਿਵੀਜ਼ਨ ਚਾਹੀਦੀ ਹੁੰਦੀ ਕਿ ਇੰਪੋਰਟੈਂਟ MCQ ਤੇ ਆਪਾਂ ਰਿਵਾਈਜ਼ ਕਰ ਲਈਏ, ਬਟ ਬੱਚਾ ਕਿੰਨੀ ਕੁ ਪ੍ਰੋਬੇਬਿਲਿਟੀ ਹੈ ਕਿ ਜੋ ਟੀਚਰ ਨੇ 300 ਜਾਂ 400 ਜਾਂ 500 600 MCQ ਤੁਹਾਨੂੰ ਕਰਵਾ ਦਿੱਤੇ ਉਹਨਾਂ 'ਚੋਂ ਹੀ ਪੇਪਰ ਆ ਜਾਏਗਾ। ਇੱਦਾਂ ਵੀ ਹੋ ਸਕਦਾ ਕਿ ਪੇਪਰ ਉੱਤੋਂ ਬਾਹਰ ਆ ਜਾਵੇ। ਤਾਂ ਬੱਚੇ ਕੀ ਕਰਦੇ, ਸਾਰਾ ਕੁਛ ਟੀਚਰ 'ਤੇ ਡਿਪੈਂਡ ਹੋ ਜਾਂਦੇ ਕਿ ਯਾਰ ਟੀਚਰ ਰਿਵਾਈਜ਼ ਕਰਵਾਏਗਾ, ਅਸੀਂ ਰਿਵਾਈਜ਼ ਕਰਕੇ ਚਲੇ ਜਾਵਾਂਗੇ। ਬਟ ਉਨ ਸਾਡਾ ਲੋਸ ਜਾਂ ਟੀਚਰ ਦਾ ਲੋਸ ਨਹੀਂ ਹੈ ਅਗਰ ਬਾਹਰੋਂ ਕਰੰਟ ਅਫੇਅਰਸ ਆ ਗਿਆ, ਕਿਸੇ ਹੋਰ ਦੀ ਜ਼ਿੰਦਗੀ ਦੇ ਵਿੱਚ ਬਦਲਾਵ ਨਹੀਂ ਆਏਗਾ, ਤੁਹਾਡੀ ਜ਼ਿੰਦਗੀ ਦਾ ਜਿਹੜਾ ਬਹੁਤ ਵੱਡੀ ਓਪਰਚੁਨਿਟੀ ਹੈ ਉਹ ਰਹਿ ਜਾਏਗੀ, ਹੈ ਨਾ। ਇਸੀ ਲਈ ਜਿਹੜੇ ਕਰੰਟ ਅਫੇਅਰਸ ਹੁੰਦੇ ਹੈ ਉਸਦੀ ਜ਼ਿੰਮੇਦਾਰੀ ਤੁਸੀਂ ਆਪਣੇ ਉੱਪਰ ਲਓ। ਡੇਲੀ ਬੇਸਿਸ ਦੇ ਨਾਲ ਜਦੋਂ ਵੀ ਕਰੰਟ ਅਫੇਅਰਸ ਕਰੋ ਉਹਨੂੰ ਚੈਪਟਰਸ ਦੇ ਵਿੱਚ ਡਿਵਾਈਡ ਕਰੋ। ਚੈਪਟਰਸ ਕਿਹੜੇ, ਜਿਵੇਂ ਕਿ ਨੈਸ਼ਨਲ ਅਫੇਅਰਸ, ਇਸ ਚੈਪਟਰ ਦੇ ਵਿੱਚ ਤੁਸੀਂ ਜਿਵੇਂ ਮੰਥ ਵਾਈਜ਼ ਲਿਖੋ ਕਿ ਬਈ ਇਸ ਮੰਥ ਦੇ ਵਿੱਚ ਕਿਹੜੇ ਕਿਹੜੇ ਸਟੇਟ ਨਿਊਜ਼ ਦੇ ਵਿੱਚ ਰਿਹਾ ਔਰ ਉਸ ਸਟੇਟ ਨੇ ਕੀ ਕੀਤਾ। ਇਹ ਤੁਹਾਨੂੰ ਔਰਗਨਾਈਜ਼ ਕਰਨਾ ਪਏਗਾ ਜੋ ਤੁਸੀਂ ਡੇਲੀ ਕਰੰਟ ਅਫੇਅਰਸ ਪੜ੍ਹੋਗੇ, ਜਾਂ ਤੁਸੀਂ ਜਿਵੇਂ ਛੋਟੇ ਛੋਟੇ ਦੈਟ ਆਪਣੇ ਕੋਲ ਆਉਂਦੇ ਨਾ ਪੇਪਰਸ ਆਉਂਦੇ ਹੈ, ਵਾਈਟ ਪੇਜਿਸ ਲੈ ਕੇ ਤੁਸੀਂ ਸਟਿੱਕੀ ਨੋਟਸ ਉਹਦੇ ਉੱਪਰ ਲਗਾ ਸਕਦੇ ਹੋ ਕਿ ਅੱਛਾ ਇਹ ਸਟੇਟ ਨੇ ਇਹ ਕੀਤਾ, ਛੋਟੇ ਛੋਟੇ ਕ੍ਰਿਪਸ ਨੂੰ ਆਪਣੇ ਅਕੋਰਡਿੰਗਲੀ, ਕਿਉਂਕਿ ਜਦੋਂ ਤੁਸੀਂ ਪੜ੍ਹੋਗੇ ਅੱਛੇ ਅੱਛੇ ਨੋਟਸ ਬਣਾਓਗੇ ਤਾਂ ਜਦੋਂ ਤੁਹਾਡਾ ਪੇਪਰ ਆਉਣ ਵਾਲਾ ਹੋਏਗਾ ਤੁਸੀਂ ਰਿਵਾਈਜ਼ ਕਰ ਲਓਗੇ। ਔਰ ਜਦੋਂ ਵੀ ਤੁਸੀਂ ਚੈਪਟਰ ਵਾਈਜ਼ ਨੋਟਸ ਬਣਾਏ, ਜਿਵੇਂ ਸਪੋਜ਼ ਤੁਸੀਂ ਨੈਸ਼ਨਲ ਅਫੇਅਰਸ ਦੇ ਬਣਾਤੇ, ਇੰਟਰਨੈਸ਼ਨਲ ਅਫੇਅਰਸ ਦੇ ਬਣਾਤੇ, ਠੀਕ ਹੈ, ਤੁਸੀਂ ਬਣਾਤੇ ਅਵਾਰਡਸ ਐਂਡ ਓਨਰਸ ਕਿ ਵੀ ਜਨਵਰੀ ਦੇ ਵਿੱਚ ਕਿਹੜੇ ਮਿਲੇ। ਹੁਣ ਅਵਾਰਡਸ ਐਂਡ ਓਨਰਸ ਵੀ ਬਹੁਤ ਤਰੀਕੇ ਦੇ ਹੁੰਦੇ ਹੈ, ਸਪੋਰਟਸ ਕੈਟੇਗਰੀ ਦੇ ਵਿੱਚ ਕਿਹੜਾ ਮਿਲਿਆ, ਠੀਕ ਹੈ, ਲਿਟਰੇਚਰ ਕੈਟੇਗਰੀ ਦੇ ਵਿੱਚ ਕਿਹੜਾ ਮਿਲਿਆ, ਇਹ ਤੁਹਾਡੇ ਟੀਚਰ ਤੋਂ ਹੀ ਤੁਹਾਨੂੰ ਪਤਾ ਲੱਗ ਜਾਏਗਾ ਕਿ ਵੀ ਕਿਹੜਾ ਸਪੋਰਟ ਕੈਟੇਗਰੀ ਦਾ ਅਵਾਰਡ ਇੰਪੋਰਟੈਂਟ ਹੈ, ਕਿਹੜਾ ਨਹੀਂ ਹੈ। ਜਿਹੜਾ ਇੰਪੋਰਟੈਂਟ ਇੰਪੋਰਟੈਂਟ ਲੱਗਦਾ ਹੈ ਉਹ ਤੁਸੀਂ ਉਤਾਰ ਲਓ।
ठीक है, इसी तरीके दे नाल इनवायरमेंट रिलेटेड की करंट अफेयर्स लिया, कोई नेशनल पार्क न्यूज़ दे विच रहा कि नहीं रहा, ठीक है, डिफेंस सेक्टर दे विच की होया, केड़ी केड़ी एक्सरसाइजेज हुई उन्हां दे बारे, किना किना देशों दे विच हुई, ठीक है, किस इकोनमी दे विच किस बैंक ने जीडीपी वगैरह किवें दित्ती, इकोनमी बेस्ड करंट अफेयर्स। अगर तुसी एवें चैप्टर वाइज बना के भी नोट्स बनाओगे, मंथ वाइज बनाओगे, तो होएगा कि जदों तुसी किसी भी ऐप नो इंस्टॉल करोगे, मंथली एमसीक्यू सॉल्व करोगे, तो ये देखोगे 90 to 92% एक्यूरेसी दे नाल तुसी करंट अफेयर्स नू आराम नाल कर पाओगे। इहदा रीज़न ये है कि तुसी सेंसिस दा इस्तेमाल कर रहे हो, पहला तो तुसी अपने टीचर तो करंट अफेयर्स सीख रहे हो, या तुसी उसनू ऑर्गेनाइज्ड कर रहे हो उन्हां दे द्वारा जो पीडीएफ दित्तियां जांदियां ने, या तुसी किसी वैबसाइट नू फॉलो कर रहे हो, कि वो वैबसाइट ते फॉलो करते हुए तुसी प्रॉपरली अपने नोट्स बनाए, लिखिया दूजी बार याद हो गए, तीजी बार तुसी उहदी रिवीजन दित्ती, चौथी बार तुसी एमसीक्यू, तां एक पूरी प्रोसैस फॉलो हो गई करंट अफेयर्स नू करन दी। आपां की करदे हां, टीचर दा लैक्चर देखिया सीधा पीडीएफ दे विच आ जांदे आ, आपां पूरी प्रोसैस नू फॉलो नहीं करते, जिहदे करके करंट अफेयर्स जिहड़े है ज़्यादा देर तक सानू रिटेन नहीं रहे। तो करंट अफेयर्स नू करन दे लई ये सारी चीज़ां जिहड़ियां ने करनियां जरूरी है, ठीक है, तां ही तुसी जिहड़े 5 to 6 क्वेश्चनस तक आंदे ने उन्हां नू तुसी जिहड़ा है अच्छे तरीके दे नाल सॉल्व कर सकते हो। अदरवाइज इट विल बी वेरी डिफिकल्ट फॉर यू। लक बाय चांस है कि तुहाडा पढ़िया होया क्वेश्चन या तुहाडे टीचर दे द्वारा पढ़ाया होया क्वेश्चन आ गया, नहीं तो नहीं। रेगुलर बेसिस दे नाल करंट अफेयर्स करने चाहिए, 20-25 मिनट लगाने चाहिए एक, ठीक है, और डेली बेसिस नाल थोड़े बहुत नो रात नू बैठ के बना लो, चाहे पूरे दिन तो बाद, नाल दी नाल रिवीजन, मंथली रिवीजन होनी चाहिए है, वीकली रिवीजन होनी चाहिए है, बहुत सारे ऐप्स विच एमसीक्यू सॉल्व करने चाहिए है, और चैप्टर वाइज करना चाहिए है करंट अफेयर, ठीक है, और इन तिना क्वेश्चंस नू ध्यान रख दे। बाकी आई विल शेयर, मैं एक स्पेसिमेन यानी कि कॉपी भी शेयर करूँगी कि यार मैं किदा अपने टाइम पे नोट्स बनाती सी, किस तरीके नाल तुसी ऑर्गेनाइज्ड जिहड़ा है रख सकते हो। तो आई होप यू लाइक द लैक्चर, अज का जिहड़ा वीडियो तुहानू पसंद आया होएगा, और अगर तुहानू अच्छा लगता है पंजाब गवर्नमेंट जॉब्स की प्रिपरेशन कर रहे हो, तुहाडे नाल कोई भी तुहाडे ब्रदर्स एंड सिस्टर भी प्रिपेयर कर रहे, उन्हें शेयर करो ताकि वो यही गलती ना करन, ठीक है, जो बाकी कैंडिडेट्स करते आए हैं। धन्यवाद।